대진대 예. ਦੱਸ ਦੇ ਕਿ ਇੱਕ 1.5 ਸਾਲ ਦਾ ਬੱਚਾ ਬੋਰਵੈਲ ਦੇ ਵਿੱਚ ਡਿੱਗਿਆ ਸੀ ਅਤੇ ਪ੍ਰਸ਼ਾਸਨ ਨੇ ਵੀ ਫੁਰਤੀ ਦੇ ਨਾਲ ਕੁਝ ਹੀ ਮਿੰਟਾਂ ਦੇ ਵਿੱਚ ਇਸ ਬੱਚੇ ਨੂੰ ਬਾਹਰ ਕੱਢ ਲਿਆ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇਸ ਬੱਚੇ ਨੂੰ ਬਾਹਰ ਕੱਢਣ ਦੀ ਪਹਿਲਾਂ ਕੋਸ਼ਿਸ਼ ਕੀਤੀ ਗਈ ਤਾਂ 20 ਤੋਂ 25 ਮਿੰਟਾਂ ਦੇ ਅੰਦਰ ਅੰਦਰ ਪ੍ਰਸ਼ਾਸਨ ਦੀ ਟੀਮ ਦੇ ਵੱਲੋਂ ਇਸ 1.5 ਸਾਲ ਦੇ ਬੱਚੇ ਨੂੰ ਬੋਰਵੈਲ ਦੇ ਵਿੱਚੋਂ ਬਾਹਰ ਕੱਢਿਆ। ਤਾਂ ਤੁਹਾਨੂੰ ਦੱਸ ਦਈਏ ਕਿ ਇਹ ਬੱਚਾ ਖੇਡਦਾ ਖੇਡਦਾ ਬੋਰਵੈਲ ਦੇ ਵਿੱਚ ਡਿੱਗਿਆ ਸੀ, ਜਿਸ ਤੋਂ ਬਾਅਦ ਨਾਲ ਦੇ ਬੱਚੇ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ। ਤਾਂ ਫਿਰ ਮੌਕੇ 'ਤੇ ਪ੍ਰਸ਼ਾਸਨ ਦੀ ਟੀਮ ਪਹੁੰਚਦੀ ਹੈ ਤਾਂ ਇਹਨਾਂ ਦੇ ਵੱਲੋਂ ਬੋਰਵੈਲ ਦੇ ਨਾਲ ਇੱਕ ਗੱਡਾ ਕਰਕੇ ਇਸ ਬੱਚੇ ਨੂੰ ਬੋਰਵੈਲ ਤੋਂ ਬਾਹਰ ਕੱਢਿਆ ਜਾਂਦਾ ਹੈ। ਤਾਂ ਦੱਸ ਦਈਏ ਕਿ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ ਜਿੱਥੇ ਇਹ ਝੁੱਗੀ ਝੌਂਪੜੀ ਵਾਲਿਆਂ ਦਾ ਬੱਚਾ ਸੀ ਤਾਂ ਖੇਡ ਰਿਹਾ ਸੀ ਦੂਸਰੇ ਬੱਚਿਆਂ ਦੇ ਨਾਲ। ਇਸ ਦੌਰਾਨ ਇਸ ਦੇ ਨਾਲ ਇਹ ਹਾਦਸਾ ਵਾਪਰ ਗਿਆ ਕਿ ਅਚਾਨਕ ਇਹ ਬੋਰਵੈਲ ਦੇ ਵਿੱਚ ਡਿੱਗ ਜਾਂਦਾ ਹੈ। ਤਾਂ ਜਿਸ ਤੋਂ ਬਾਅਦ ਇਸਦਾ ਨਾਲ ਦਾ ਬੱਚਾ ਹੁੰਦਾ ਤੁਰੰਤ ਇਹਨਾਂ ਦੇ ਘਰਦਿਆਂ ਨੂੰ ਸੂਚਿਤ ਕਰਦਾ, ਜਿਸ ਤੋਂ ਬਾਅਦ ਇਸ ਸੰਬੰਧੀ ਜਾਣਕਾਰੀ ਹੈ ਜਿਹੜੀ ਉਹ ਪ੍ਰਸ਼ਾਸਨ ਦੀ ਟੀਮ ਨੂੰ ਦਿੱਤੀ ਜਾਂਦੀ ਹੈ। ਤਾਂ ਮੌਕੇ 'ਤੇ ਪ੍ਰਸ਼ਾਸਨ ਦੀ ਟੀਮ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਤੁਰੰਤ ਗੱਡਾ ਪੁੱਟਿਆ ਜਾਂਦਾ, ਜਿਸ ਤੋਂ ਬਾਅਦ ਇਸ ਬੱਚੇ ਨੂੰ ਇਸ ਬੋਰਵੈਲ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ। ਤਾਂ 1.5 ਸਾਲ ਦਾ ਇਹ ਬੱਚਾ ਸੀ, ਜਿਸ ਤੋਂ ਬਾਅਦ ਤੁਰੰਤ ਇਸ ਨੂੰ ਹਸਪਤਾਲ ਦੇ ਲਈ ਰਵਾਨਾ ਕਰ ਦਿੱਤਾ ਜਾਂਦਾ। ਤਾਂ ਤੁਹਾਨੂੰ ਦੱਸ ਦਈਏ ਕਿ ਬੱਚਾ ਬਿਲਕੁਲ ਠੀਕ ਹੈ ਅਤੇ ਇਸਦੇ ਸਾਹ ਚੱਲ ਰਹੇ ਸੀ ਤਾਂ ਮੌਕੇ 'ਤੇ ਇਸਦੀ ਮਾਂ ਵੀ ਬੈਠੀ ਸੀ ਤਾਂ ਉਸਦਾ ਵੀ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ। ਤਾਂ ਲਗਾਤਾਰ ਬੋਰਵੈਲ ਦੇ ਵਿੱਚ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ, ਜਿਸ ਦੇ ਵਿੱਚ ਕਈ ਬੱਚਿਆਂ ਨੂੰ ਆਪਣੀ ਜਾਨ ਵੀ ਗਵਾਉਣੀ ਪੈਂਦੀ ਹੈ। ਪਰ ਇੱਥੇ ਮੌਕੇ 'ਤੇ ਪ੍ਰਸ਼ਾਸਨ ਤੁਰੰਤ ਪਹੁੰਚਿਆ ਅਤੇ ਕਾਰਵਾਈ ਕਰਦੇ ਹੋਏ 20 ਤੋਂ 25 ਮਿੰਟਾਂ ਦੇ ਅੰਦਰ ਅੰਦਰ ਹੀ ਇਸ ਬੱਚੇ ਨੂੰ ਇਸ ਬੋਰਵੈਲ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਬੱਚਾ 5 ਸਾਲ ਦਾ ਬੋਰ ਦੇ ਵਿੱਚ ਗਿਰ ਗਿਆ ਸੀ। ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ, ਇਮੀਡੀਏਟਲੀ ਅਸੀਂ ਆਪਣੇ ਦਫ਼ਤਰ ਤੋਂ ਆ ਗਏ, ਫਾਇਰ ਬ੍ਰਿਗੇਡ, ਐਂਬੂਲੈਂਸ, ਸਾਰੀਆਂ ਸਾਡੀਆਂ ਰੈਸਕਿਊ ਟੀਮਸ, JCB ਮਸ਼ੀਨ, ਸਾਰਾ ਕੁਝ ਆ ਗਿਆ ਟਾਈਮ ਨਾਲ। ਉਹਨੂੰ ਬਚਾ ਕੇ ਅਸੀਂ ਹਸਪੀਟਲ ਜਾ ਰਹੇ ਤਾਂ ਕਿ ਅਗਲਾ ਉਹਨਾਂ ਨੇ ਜਿੰਦਾ ਨੇ ਜਿੰਦਾ ਬੱਚਾ ਦਿੰਦਾ। ਠੀਕ ਹੈ, ਕਿੰਨਾ ਕੁ ਟਾਈਮ ਲੱਗਿਆ ਜੀ ਕੱਢਣ ਨੂੰ ਜੀ? 20-25 ਘੰਟਾ ਲੱਗਿਆ ਛੋਟਾ ਸੀਗਾ, ਜਿਹੜਾ ਪ੍ਰਸ਼ਾਸਨ ਨੇ ਬਹੁਤ ਹੀ ਐਕਟਿਵ ਕੰਮ ਕੀਤਾ, ਉਸੇ ਟਾਈਮ ਹੀ ਆ ਕੇ ਜਦੋਂ ਪਤਾ ਲੱਗਿਆ ਇਹਨੂੰ JCB ਦੇ ਨਾਲ ਟੋਆ ਮਾਰ ਕੇ ਤੁਹਾਨੂੰ ਅਸੀਂ ਰੈਸਕਿਊ ਕਰਕੇ ਉਹਨੂੰ ਹਸਪੀਟਲ ਪਹੁੰਚਾ। ਸਰ, ਕਾਰਨ ਕੀ ਬਣਿਆ? ਕੀ ਖੁੱਲ੍ਹਾ ਸੀਗਾ ਬੋਰਵੈਲ ਜਾਂ ਕਿਸ ਤਰ੍ਹਾਂ ਦੇ ਸੀਗਾ? ਅਸੀਂ ਨਲਕਾ ਸੀ, ਕਹਿੰਦੇ ਨਲਕਾ ਸੀਗਾ, ਪੱਟਿਆ ਹੈਗਾ ਸੀਗਾ ਅਤੇ ਨਾਲ ਇੱਕ ਇਹਦੇ ਨਾਲ ਸੀਵਰੇਜ ਦਾ ਵੀ ਸੀਗਾ, ਉਹ ਦੋਨਾਂ ਦੇ ਕਰਕੇ ਥੋੜ੍ਹਾ ਜਿਹਾ ਉਹ ਸੀਗਾ। ਕਿੰਨਾ ਕੁ ਡੂੰਘਾ ਡਿੱਗਿਆ ਸੀਗਾ ਬੱਚਾ ਅਤੇ ਕਿੰਨੀ ਦੇਰ ਬਾਅਦ ਜਿਹੜਾ ਬੱਚਾ ਕੱਢਿਆ ਗਿਆ? ਬੱਚਾ ਤਾਂ ਕੋਈ 20-25 ਮਿੰਟ ਬਾਅਦ ਹੀ ਸਾਰਾ ਇਹਦਾ ਕਰ ਲਿਆ ਸੀ, ਰੈਸਕਿਊ ਨਿਕਲਿਆ ਸੀ, ਬੱਚੇ ਨੂੰ ਕੱਢ ਲਿਆ ਸੀਗਾ। ਜਿੱਦਾਂ ਹੀ ਪਤਾ ਲੱਗ ਗਿਆ ਸਾਰੀ ਬੱਚੇ ਨੂੰ JCB ਦੀ ਨਾਲ ਉਹਨੂੰ ਦੁਆ ਮਾਰ ਕੇ ਅਤੇ ਉਹਨੂੰ ਦੋ ਜਾ ਕਰਕੇ ਰੈਸਕਿਊ ਕਰ ਲਿਆ। ਸਰ, ਕਿੰਨਾ ਕੁ ਡੂੰਘਾ ਸੀਗਾ ਜਿਹੜਾ ਇਹ ਖੱਡਾ ਅਤੇ ਕਿੰਨੇ ਮੁਸ਼ਕਲ ਜਿਹੜੀ ਕਰਨਾ? 10 ਤੋਂ 12 ਫੁੱਟ ਸੀਗਾ ਜੀ। ਅੱਛਾ ਹਾਂਜੀ, ਤੇ ਕਾਰਨ ਸਭ ਪਤਾ ਲੱਗਿਆ ਕਿਵੇਂ ਡਿੱਗਿਆ ਇਹ ਬੱਚਾ, ਕਿੱਦਾਂ ਆਇਆ ਇਸ ਬੋਰਵੈਲ ਵਿੱਚ? ਪਤਾ ਲੱਗਿਆ ਸੀ ਕਿ ਬੱਚੇ ਖੇਡਦੇ ਸੀਗੇ
ਆਪਸ ਵਿੱਚ ਖੇਡਦੇ ਸੀਗੇ ਤੇ ਉਹਨਾਂ ਨੇ ਖੇਡਦੇ ਖੇਡਦੇ ਕਿਤੇ ਬੱਚਾ ਅਚਾਨਕ ਛੋਟਾ ਬੱਚਾ ਸੀਗਾ ਰਹਿੰਦਾ ਸੀ ਉੱਥੇ। ਇਹ ਕਿੱਥੋਂ ਦਾ ਰਹਿਣ ਵਾਲਾ ਬੱਚਾ ਕਿੱਥੋਂ ਦਾ ਸੀਗਾ? ਇਹ ਚੁੱਪ ਚੁੱਪ ਇਹਨਾਂ ਦੇ ਰਹਿਣ ਵਾਲਾ ਇੱਥੇ ਲੋਕਲ ਹੈਗੇ ਆ ਚੁੱਪ ਚੁੱਪੜੀ। ਹਾਂਜੀ ਇਹ ਜੀ ਬੱਚਾ ਖੇਡ ਰਿਹਾ ਤਾ ਯਹਾਂ ਪੇ ਕਿਸਕੋ ਪਤਾ ਨਹੀਂ ਲਗਾ ਜਬ ਜੁਆ ਗਿਰਾ ਤੋ ਉਸਕੋ ਪਤਾ ਜੁਆ ਛੋਟੇ ਜੁਆ ਕੋ ਲਗਾ ਪਤਾ ਬੱਚਾ ਗਿਰ ਗਿਆ ਤਬ ਇਸਕੋ ਪਤਾ ਲਗਾ ਤਾਂ ਹਮ ਲੋਗ ਆਏ ਫਿਰ ਦੇਖੇ ਤਾਂ ਬੱਚਾ ਗਿਰਾ ਹੁਆ ਹੈ ਫਿਰ ਹਮੇ ਲੋਗ ਟੋਇਆ ਖਾਨੇ ਖੋਦਨੇ ਲਗੇ ਹਮ ਲੋਗ ਟੋਇਆ ਖੋਦਨੇ ਲਗੇ ਤਾਂ ਜੇ ਬੰਦੇ ਬੁਲਾ ਲਿਆ ਪ੍ਰਸ਼ਾਸਨ ਕੀ ਜੇਸੀ ਪੀ ਮੰਗਵਾ ਲੋ ਹਮਕੋ ਬੋਲੇ ਹਮ ਮੰਗਵਾ ਲੋ ਜੀਪੀਸੀ ਪੂਰਾ ਜੇਸੀ ਪੀ ਮੰਗਵਾਇਆ ਤਾਂ ਖੋਦ ਕੇ ਫਿਰ ਬੱਚਾ ਕੋ ਨਿਕਾਲਾ ਗਿਆ ਨਿਕਾਲ ਲਿਆ ਜੀ। ਹਾਂਜੀ ਕਿਤਨਾ ਕਿਤਨਾ ਸਮਾਂ ਲਗਾ? ਹਾਂਜੀ ਕਿਤਨਾ ਸਮਾਂ ਅੰਦਰ ਥਾ? ਸਮਾਂ ਡੇਢ ਘੰਟਾ ਰਹਾ ਆਧੇ ਘੰਟੇ ਪੌਣੇ ਘੰਟੇ ਮੈਂ ਨਿਕਾਲ ਗਿਆ। ਸਾਂਸ ਹੈ ਉਸਮੇ? ਹਾਂ ਸਾਂਸ ਹੈ ਜੀ ਸਾਂਸ ਹੈ ਡਾਕਟਰ ਕੇ ਪਾਸ ਲੈ ਗਿਆ ਜੀ। ਤੋ ਕਿਆ ਨਾਮ ਥਾ ਕਿਤਨੀ ਉਮਰ ਕਾ ਥਾ ਬੱਚਾ? ਨਾਮ ਪਤਾ ਨਹੀਂ ਸਰ ਇਸਕੋ ਪਤਾ ਬੱਚੇ ਕਾ ਨਾਮ ਕਿਆ ਥਾ? ਬੱਚੇ ਕਾ ਨਾਮ ਨਹੀਂ ਰੱਖਾ ਅਭੀ। ਅੱਛਾ ਕਿਤਨੇ ਕਾ ਉਮਰ? ਉਮਰ ਕਿਤਨੀ? ਉਮਰ 7 ਸਾਲ ਡੇਢ ਸਾਲ ਕਾ ਥਾ ਜੀ। ਕਿੰਨੀ ਉਮਰ ਦਾ ਸੀਗਾ ਜਵਾਕ? ਡੇਢ ਸਾਲ ਦਾ। ਅੱਛਾ ਇਹ ਕੌਣ ਨੇ ਜੀ? ਉਹਦੀ ਮਾਂ।